ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਤੇ ਜੋ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਸਪੀਚ ਦਿੱਤੀ ਆ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਕਿੰਨੇ ਸੋਹਣੇ ਤਰੀਕੇ ਨਾਲ ਆਬ ਜੀ ਨੇ ਉਸ ਕਾਨਫਰੰਸ ਵਿੱਚ ਦੱਸਿਆ ਕਿ ਜੇ ਤੁਸੀਂ ਵਿਦਿਆ ਦਾ ਮੰਦਿਰ ਬਣਾਉਣਾ ਹੈ ਤਾਂ ਉਸ ਦੀ ਨੀਂਹ ਗੁਰਬਾਣੀ ਤੇ ਰੱਖੋ ਨਾਮ ਤੇ ਰੱਖੋ ਬੜੇ ਸੋਹਣੇ ਤੰਗ ਨਾਲ ਸਮਝਾਇਆ ਉਹ ਪਿਆਰ ਨਾਲ ਸਰਉਣ ਕਰੀ ਵਿਦਿਆ ਮੰਦਰ ਜਿਹੜਾ ਤੁਸੀਂ ਖੜਾ ਕਰਨਾ ਹੈ ਉਹ ਹਾਲੇ ਆਪ ਦੀ ਚਿਰਕਾਲ ਲਈ ਇੱਕ ਮੁਠੀ ਹੋਈ ਪਿਆਰ ਸੇਵਾ ਮੰਗਦਾ ਹੈ ਨਹੀਂ ਤਾਂ ਸਤਿਗੁਰੂ ਆਪਣੀ ਹੱਥੀ ਰੱਖ ਗਏ ਹਨ ਤੇ ਨਕਸ਼ਾ ਵੀ ਉਹ ਆਪ ਦੇ ਦਿਲਾਂ ਤੇ ਆਪਣੀ ਹੱਥੀ ਪਾ ਗਏ ਹਨ ਹੁਣ ਤਾਂ ਆਪ ਨੇ ਮਾਈ ਭਾਈ ਨੇ ਮਿਲ ਕੇ ਇਟਾਂ ਚੂਨਾ ਗਾਰਾ ਆਦਿਕ ਦੀ ਸੇਵਾ ਕਰਕੇ ਉਸ ਵਿਦਿਆ ਮੰਦਰ ਨੂੰ ਖੜਾ ਕਰਨਾ ਹੈ ਆਪ ਆਪਣੇ ਉਦਮ ਨੂੰ ਸਾਲਾਂ ਵਿੱਚ ਨਾ ਗਿਣੋ ਅੱਜ 14 ਸਾਲ ਹੋਏ ਹਨ ਆਪ ਕਮਰ ਕੱਸੇ ਕਦੀ ਵੀ ਢਿੱਲੇ ਨਾ ਕਰੋ ਇੱਥੇ ਤਾਂ ਹੁਕਮ ਹੈ ਹਾਲੇ ਸਦੀਆਂ ਦੀ ਇਮਾਰਤ ਬਣਨ ਦੀ ਲੋੜ ਹੈ ਹਾਲੇ ਆਰਾਮ ਦਾ ਵੇਲਾ ਨਹੀਂ ਆਪ ਦੀ ਵਿਦਿਆ ਮੰਦਰ ਦੀ ਨੀ ਉਸ ਖੀਰ ਸਮੁੰਦਰ ਅੰਮ੍ਰਿਤ ਸਰੋਵਰ ਦੀਆਂ ਨੱਚਦੀਆਂ ਲਹਿਰਾਂ ਤੇ ਰੱਖੀ ਜਾ ਚੁੱਕੀ ਹੈ ਦੇਖੋ ਨੀ ਬਾਬੇ ਨੇ ਆਪਣੀ ਰਬਾਬ ਦੇ ਦਿਲ ਹਲੂਣ ਵਾਲੇ ਤਾਰਾਂ ਤੇ ਤਰਬਾਂ ਦੀਆਂ ਕੰਮ ਦੀਆਂ ਰਸ਼ਮੀਆਂ ਤੇ ਰੱਖੀ ਹੈ ਸਤਿਗੁਰੂ ਦਾ ਹੁਕਮ ਹੋ ਚੁੱਕਾ ਹੈ ਕਿ ਖਾਲਸਾ ਦਾ ਪਹਾੜੀ ਵਿਦਿਆ ਮੰਦਰ ਤਿਆਰ ਹੋਵੇ ਇਸ ਮੰਦਰ ਦੀ ਨੀ ਰਖਣ ਵਾਲਾ ਮਿੱਠ ਬੋਲੜਾ ਸਾਜ ਜੰਗਲ ਜੰਗਲ ਆਪ ਨੂੰ ਟੋਲਦਾ ਫਿਰਿਆ ਬਿਆਬਾਨਾਂ ਵਿੱਚ ਤਾਰਿਆਂ ਹੇਠ ਰਾਤਾਂ ਕਟੀਆਂ ਅੱਧੀ ਰਾਤ ਜਾਗ ਜਾਗ ਮਰਦਾਨੇ ਦੀ ਰਬਾਬ ਵਜਦੀ ਸੀ ਤੇ ਹੁਕਮ ਹੁੰਦਾ ਸੀ ਬੁਲਾਓ ਨਾ ਖਾਲਸ ਖਾਲਸਾ ਪੜਨ ਵਾਲੇ ਕਿੱਥੇ ਹਨ ਹਾਂ ਅੰਗਦ ਕੌਣ ਦੇ ਲੋਕਾਂ ਨੂੰ ਸਦਾ ਹੈ ਆਓ ਵਿਦਿਆ ਮੰਦਰ ਬਣਾਣਾ ਹੈ ਹਾਂ ਉਹਨਾਂ ਰਬਾਬ ਦੇ ਸੋਹਲਿਆਂ ਦੀਆਂ ਲਹਿਰਾਂ ਤੇ ਆਪ ਦੇ ਵਿਦਿਆ ਮੰਦਰ ਦੀ ਨੀਂਹ ਹੈ ਉਹ ਗੁਰੂ ਅਰਜਨ ਸਾਹਿਬ ਜੀ ਨੰਗੇ ਚਰਨਾਂ ਨਾਲ ਉਹ ਤੰਬੂਰਾ ਹੱਥ ਵਿੱਚ ਲੈ ਸਜਲ ਨੈਣ ਹੋਏ ਬਿਆਸੇ ਵਿੱਚ ਇਸ਼ਨਾਨ ਕਰ ਬਾਬੇ ਅਮਰਦਾਸ ਜੀ ਦਾ ਸਾਖਿਆਤ ਦਰਸ਼ਨ ਕਰ ਮੋਹਨ ਜੀ ਦੇ ਚੁਬਾਰੇ ਨੂੰ ਜਾ ਰਹੇ ਹਨ ਓਹੋ ਸੁਣੋ ਹਾਂਜੀ ਮਿੱਤਰੋ ਅੰਤਰ ਧਿਆਨ ਹੋ ਕੇ ਸੁਣੋ ਉਹ ਪੰਜਵੇਂ ਪਾਤਸ਼ਾ ਉਹ ਮਠ ਬੋਲੜਾ ਸਾਜਨ ਮੇਰਾ ਆਪ ਦੇ ਤੰਬੂਰੀ ਦੀ ਗੂੰਜ ਦੀ ਅਰਜ ਜਗਤ ਜੀ ਨੂੰ ਥਰਥਰਾਂ ਦੀ ਥਰਥਰਾਹਟ ਵਿੱਚ ਉਹਨਾਂ ਕੌੰਬਲ ਕਾਂਬਿਆਂ ਵਿੱਚ ਉਹਨਾਂ ਦਿਲਚੀਰਵੇਂ ਸ਼ਬਦਾਂ ਦੀਆਂ ਸੋਹਣੀਆਂ ਸੁਰਾਂ ਦੇ ਅਦਭੁਤ ਦੇਵੀ ਫੈਲਾਓ ਦੇ ਅਸਗਾਹ ਉਚਾਈਆਂ ਵਿੱਚ ਆਪ ਦੇ ਵਿਦਿਆ ਮੰਦਰ ਦੀ ਨੀ ਬਾਬੇ ਨੇ ਆਪਣੇ ਹਸਤ ਕੰਬਲਾ ਨਾਲ ਰੱਖੀ ਹੈ ਮੁਗਲਈਆ ਫੌਜ ਆਂ ਟੁੱਟੀ ਆਸਾਦੀ ਵਾਰ ਦਾ ਦੀਵਾਨ ਕਲਗੀਆਂ ਵਾਲੇ ਨੇ ਲਾਇਆ ਹੋਇਆ ਸੀ ਸਭ ਕੁਝ ਗਿਆ ਪਰ ਆਪ ਦੇ ਵਿਦਿਆ ਮੰਦਰ ਦੀ ਨੀ ਆਸਾ ਦੀ ਵਾਰ ਦੀ ਧੁਨੀ ਵਿੱਚ ਬਾਜਾਂ ਵਾਲੇ ਨੇ ਆਪ ਪੱਕੀ ਕੀਤੀ ਆਪ ਦੇ ਵਿਦਿਆ ਮੰਦਰ ਦੀ ਨੀ ਅਖੰਡ ਪਿਆਰ ਸਮਾਧੀ ਅਖੰਡ ਕੀਰਤਨ ਅਖੰਡ ਨਾਮ ਰਸ ਅਖੰਡ ਇਸ਼ਨਾਨ ਅਖੰਡ দান ਪਰ ਰੱਖੀ ਜਾ ਚੁੱਕੀ ਹੈ ਕੇਵਲ ਅਸ਼ਾਂਤੀ ਦੀ ਪੂਜਾ ਛੱਡ ਕੇ ਅਨਮਤਿਆਂ ਦੀ ਸੰਗਤ ਛੱਡ ਕੇ ਘਰਵਲ ਮੁੜ ਦੇਖੋ ਆਪ ਦੀ ਕੰਢੀ ਕੋਣ ਖੜਾ ਹੈ ਆਪ ਦੇ ਪਿੱਛੇ ਉਸ ਦੇ ਚਰਨਾਂ ਦੇ ਸਦਕੇ ਕਿੰਨਾ ਅਸਗਾਹ ਥੀਰ ਸਮੁੰਦਰ ਠਾਠਾ ਮਾਰ ਰਿਹਾ ਹੈ ਤੇ ਇਸ ਸੂਰਮੇ ਗੁਰੂ ਦੇ ਪਿਆਰ ਵਿੱਚ ਆਪਣਾ ਪੰਥਕ ਕੰਮ ਉਹਨਾਂ ਦੀ ਪਿਆਰ ਸੇਵਾ ਜਾਣ ਆਪ ਮੁਹਾਰੇ ਆਪਣੇ ਸਿਰ ਮੱਥੇ ਰੱਖੋ ਫਿਰ ਦੋ ਰਾਹ ਦਈਏ ਆਪ ਦੇ ਵਿਧਿਆ ਮੰਦਰ ਦੀ ਨੀ ਅਖੰਡ ਪਿਆਰ ਸਮਾਧੀ ਅਖੰਡ ਕੀਰਤਨ ਅਖੰਡ ਨਾਮ ਰਸ ਅਖੰਡ ਇਸ਼ਨਾਨ ਅਖੰਡ ਦਾਨ ਪਰ ਰੱਖੀ ਜਾ ਚੁੱਕੀ ਹੈ ਕੇਵਲ ਅਸ਼ਾਂਤੀ ਦੀ ਪੂਜਾ ਛੱਡ ਕੇ ਅਨਮਤਿਆਂ ਦੀ ਸੰਗਤ ਛੱਡ ਕੇ ਘਰਵਲ ਮੁੜੋ ਦੇਖੋ ਆਪ ਦੀ ਕੰਢੀ ਕੋਣ ਖੜਾ ਹੈ ਆਪ ਦੇ ਪਿੱਛੇ ਉਸ ਦੇ ਚਰਨਾਂ ਦੇ ਸਦਕੇ ਕਿੰਨਾ ਅਸਗਾਹ ਖੀਰ ਸਮੁੰਦਰ ਠਾਠਾ ਮਾਰ ਰਿਹਾ ਹੈ ਤੇ ਇਸ ਸੂਰਮੇ ਗੁਰੂ ਦੇ ਪਿਆਰ ਵਿੱਚ ਆਪਣਾ ਪੰਥਕ ਕੰਮ ਉਹਨਾਂ ਦੀ ਪਿਆਰ ਸੇਵਾ ਜਾਣ ਆਪ ਮੁਹਾਰੇ ਆਪਣੇ ਸਿਰ ਮੱਥੇ ਰੱਖੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ